नमस्कार दोस्तों, मैं टोडा अपने आज के सक्सेना तक तुसी देख रहे हो हर वार की तरह आज तक आमने सामने। दोस्तों आज तक आमने सामने देख रहे सारे दर्शकों से तो कहा जाता कि खास तौर से अज असि तुहाडी मुलाकात करवाने जा रहे हैं पलटन पार्क के राजेश पट्टी जी उन्होंने। आओ असी पहला जानकारी लवोंगे राजेश पट्टी जी हुण नूं अज दा जदों खास मौका खुशी का मौका वड्डा कारण की है सर अज का सब मतलब थोड़ा आज तक आमने सामने स्वागत किया जाता है सर अज का जरा तुम बड़े पलटन पार्क के सारे मैंबर ने बड़े नाम जो सम्मान चिन्ह दिता गया ये सर किस चीज़ का अहुदा दिता गया तो इस वास्ते जनता वास्ते की खास करोगे सर ਉਦੋਂ ਮੈਨੂੰ ਪਿੱਛੇ ਜਿਹੜੇ 25 ਸਾਲ ਮੇਰੀ ਮਿਹਨਤੀ ਕਾਂਗਰਸ ਵਾਲੋਂ ਕਾਂਗਰਸ ਪਾਰਟੀ ਵੱਲੋਂ ਉਹਦਾ ਮੈਨੂੰ ਇਨਾਮ ਦਿੱਤਾ ਗਿਆ ਮੈਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਾ ਉਹ ਨਾਲ ਸਾਡੇ ਪੂਰਵ ਮੰਤਰੀ ਗੁਰਪਾਲ ਸਿੰਘ ਜੀ ਦੇ ਅਸ਼ੀਰ ਦੇ ਨਾਲ ਸਾਡੇ ਨੌਰਥ ਦੇ ਵਿਧਾਇਕ ਬਾਬਾ ਹਿੰਦ ਜੀ ਦੇ ਸਰ ਕਮਲਾਂ ਦਾ ਮੈਨੂੰ ਅਹੁਦਾ ਦਿੱਤਾ ਉਹ ਮੈਂ ਸਾਰੀ ਜਨਤਾ ਨੂੰ ਵਿਸ਼ਵਾਸ ਦਿਲਾਉਂਦਾ ਜਿਹੜਾ ਵੀ ਇੰਪਰੂਵਮੈਂਟ ਉਸਦਾ ਕੰਮ ਹੋਊਗਾ ਉਹ ਮੈਂ ਉੱਥੇ ਕਰਾਵਾਂਗਾ ਉਹ ਲੋਕਾਂ ਨੂੰ ਪੂਰਾ ਟਾਈਮ ਦੂੰਗਾ ਉਹ ਲੋਕਾਂ ਨਾਲ ਵਾਅਦਾ ਕਰਦਾ ਕਿ ਇੰਪਰੂਵਮੈਂਟ ਉਸਦਾ ਕੋਈ ਵੀ ਕੰਮ ਜਿਹੜਾ ਪਿਛਲੇ ਪੈਂਡਿੰਗ ਪਏ ਉਹ ਵੀ ਮੈਂ ਕਰਵਾਊਂਗਾ ਧੰਨਵਾਦ ਬਿਲਕੁਲ ਜੀ ਅਸੀਂ ਹੁਣ ਗੱਲ ਕਰਾਂਗੇ ਕਿ ਹਰ ਪ੍ਰਕਾਰ ਦੇ ਸਮਾਜ ਸੇਵਾ ਦੇ ਕੰਮ ਛੱਡਣ ਤੋਂ ਵਧੀਆ ਕੰਮ ਕਰਨ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਦੇ ਅਸੀਂ ਜੰਗ ਪੀਜੀ ਨਾਲ ਗੱਲਬਾਤ ਕਰਾਂਗੇ ਗੌਰਵ ਜੀ ਤਾਂ ਗੌਰਵ ਜੀ ਹਰ ਵਕਤ ਤੁਸੀਂ ਕੋਈ ਨਾ ਕੋਈ ਨਵਾਂ ਤਰੀਕਾ ਨਵਾਂ ਸਮਾਜ ਸੇਵਾ ਦੇ ਵਧੀਆ ਕੰਮ ਕਰਨ ਦਾ ਤਰੀਕਾ ਲੱਭਦੇ ਰਹਿੰਦੇ ਹੋ ਸਰ ਸਭ ਨੇ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਵਧਾਈਆਂ ਕਿ ਤੁਸੀਂ ਬਹੁਤ ਕਰੀਮਾ ਸ਼ਹਿਰ ਦੀਆਂ ਵੱਡੀ ਵੱਡੀ ਸਿੱਖੀਆਂ ਨੂੰ ਇੱਕ ਅੱਛੇ ਮੁਕਾਮ 'ਤੇ ਹਰ ਰਲ ਮਿਲ ਕੇ ਅਸੀਂ ਸਹਿਯੋਗ ਦੇਣਾ ਬਚਾ ਰਹੇ ਹਾਂ ਅਤੇ ਅੱਜ ਜੋ ਚੇਅਰਮੈਨ ਸਾਹਿਬ ਨੇ ਇੱਕ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਸਨਮਾਨ ਚਿੰਨ੍ਹ ਦਿੱਤਾ ਕੀ ਕਹਿਣਾ ਚਾਹੁੰਦੇ ਸਰ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਰਹਿਣਗੀਆਂ ਨੇ ਸਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਮਿਹਨਤ ਆ ਇੱਕ ਦਿਨ ਰੰਗ ਜ਼ਰੂਰ ਲੈ ਕੇ ਆਉਂਦੀ ਆ ਮੈਂ ਭੱਟੀ ਸਾਹਿਬ ਬਾਰੇ ਦੱਸਣਾ ਚਾਹੁੰਦਾ ਹਰ ਗਰੀਬ ਦੀ ਸਹਾਇਤਾ ਕਰਦੇ ਨੇ ਹਰ ਮਜ਼ਬੂਰ ਦੇ ਨਾਲ ਖੜ੍ਹੇ ਹੁੰਦੇ ਆ ਅੱਗੇ ਹੋ ਕੇ ਹਮੇਸ਼ਾ ਹੀ ਗਰੀਬਾਂ ਦਾ ਸਹਿਯੋਗ ਕਰਦੇ ਆਏ ਨੇ ਅੱਜ ਇਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਕੀਤੀ ਹੋਈ ਮਿਹਨਤ ਰੰਗ ਲੈ ਕੇ ਆਈ ਆ ਅਸੀਂ ਆਪਣੀ ਡਾਇਨਾਮਿਕ ਲਾਫਿੰਗ ਕਲੱਬ ਵੱਲੋਂ ਅੱਜ ਇਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਇਹ ਸਾਡੇ ਬਹੁਤ ਹੀ ਅਜ਼ੀਜ਼ ਨੇ ਕਿਉਂਕਿ ਹਮੇਸ਼ਾ ਹੀ ਸਾਡੇ ਨਾਲ ਇਹ ਖੜ੍ਹੇ ਰਹਿੰਦੇ ਨੇ ਅਸੀਂ ਇਹਨਾਂ ਨੂੰ ਅੱਜ ਦੇ ਮੌਕੇ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਰਾਜੇਸ਼ ਭੱਟੀ ਜੀ ਜਿੰਦਾਬਾਦ ਜਿੰਦਾਬਾਦ।